आज गांव सिकंदरपुर के सरपंच व कुछ गणमान्य व्यक्तियों के खिलाफ 506 IPC और 2559 और मतलब कई धाराओं में एक मुकदमा दर्ज हुआ। उस संदर्भ में हम आज SP साहब से मिले और उनको पूरी स्थिति से अवगत करवाया और लगभग 100-150 लोगों का काफिला था। SP साहब ने हालांकि ये भी कहा भी आपको 5-4 आदमियों को आ जाते तब भी मैं आपकी बात को सुनता, और उन्होंने आश्वासन दिया है कि आपको घबराने की जरूरत नहीं है, दूध का दूध पानी का पानी करेंगे, न्याय होगा अन्याय नहीं होगा। और बहुत ही मतलब संतुष्टिजनक उन्होंने अपनी बात को हमें कहा। हम उनकी बात से संतुष्ट होके अपनी मांग जो डिमांड है वो SP साहब को दे करके आ रहे। मामला क्या था? मामला ये था कि गांव में दो मित्रों के बीच में झगड़ा चल रहा था और उस झगड़े को निपटाने के लिए गांव का मुखिया जो है सरपंच ने एक पार्टी से बात करी भी मैं आपसे मिलना चाहता हूं, और उस पार्टी ने घर बुला लिया। घर बुलाने के बाद वो चाय चुई पी के और वहां से वापिस आ गए। अगले दिन वो जो है आगे दरखास्त देगा भी मुझे धमकी देके गए, मेरे को रिवाल्वर लेके आए, ये किया वो किया, मतलब उसने एक झूठा आरोप लगा के यहाँ FIR दर्ज करा दी थी। गांव का सरपंच गांव का मुखिया अगर किसी के घर गांव में जाता है, दो जनों के बीच में झगड़ा है, अगर वो बात समझाने के लिए जाता है तो पुलिस ने भी जो पर्चा दर्ज किया वो जल्दबाजी में किया। मेरा ये था, इसी विषय को लेकर के आज SP से मिले थे और SP साहब ने बड़ा ही संतोषजनक जवाब दिया और कहा भी 100% इसके अंदर सच्चाई सामने लाएंगे और जो निर्णय होगा वो करेंगे। गल है जी, जेडे पिंड दे मौजूद बंदे होंदे ने ਉਹ ਪਿੰਡਾਂ ਦੇ ਜਾਂ ਜਿਹੜੇ ਵੀ ਏਰੀਏ ਦੇ ਨੇ 90-95% ਕੇਸ ਉੱਥੇ ਬਹਿ ਕੇ ਹੀ ਨਿਬੇੜ ਦਿੰਦੇ ਨੇ। ਜੋ ਨਾ ਨਿਬੇੜਨ ਤੇ ਥਾਣੇਦਾਰਾਂ ਦਾ ਤਾਂ ਮੰਨ ਲਓ ਇੰਨਾ ਬੁਰਾ ਹਾਲ ਹੋ ਜੀ, ਕਿਉਂਕਿ ਇੰਨੇ ਕੁ ਵਰਤੀਆਂ ਹੋ ਨਹੀਂ ਰਹੀਆਂ। ਸੋ ਸਰਪੰਚ ਹੋਵੇ ਜਾਂ ਕੋਈ ਨੰਬਰਦਾਰ ਹੋਵੇ ਜਾਂ ਕੋਈ ਮੌਜੀ ਜਾਂ ਕੋਈ ਵੀ MC ਹੋਵੇ, ਜੇ ਕੋਈ ਰਾਤ ਨੂੰ ਵੀ ਹੋਵੇ ਜਾਂ ਦਿਨੇ ਵੀ ਹੋਵੇ, ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਨੁਮਾਇੰਦਾ ਚੁਣਿਆ ਆਉਂਦਾ, ਉਦੋਂ ਕੋਈ ਰੋਲਾ ਹੁੰਦਾ ਉਹਨੂੰ ਸੱਦਣੇ ਉਹਨੂੰ ਜਾਣਾ ਪੈਂਦਾ। ਇਹਦੇ 'ਚ ਵੀ ਇਹੀ ਗੱਲ ਹੋਈ ਸੀ ਵੀ ਦਿਲਬਾਗ ਤੇ ਜਗਦੀਸ਼ ਜਿਨ੍ਹਾਂ ਇਹਨਾਂ ਦੇ ਕਈ ਰੋਲੇ ਚੱਲ ਰਹੇ ਅੱਗੇ, ਮੰਨ ਲਓ ਸੀਗੇ ਪਹਿਲਾਂ ਯਾਰ ਵੀ ਰਹੇ ਨੇ ਇਕੱਠੇ, ਜੋ ਇਕੱਠੇ ਯਾਰ ਰਹੇ ਹੁਣ ਤੇ ਫਿਰ ਦੁਸ਼ਮਣੀ ਵੀ ਬੜੀ ਗੂੜੀ ਹੁੰਦੀ ਹੈ ਤੇ ਯਾਰੀ ਵੀ ਬੜਾ ਗੂੜੀ ਰਹੀ ਹੈ। ਗੱਲ ਇਹ ਵੀ ਇਹਨਾਂ ਚਲੋ ਚੱਲਦੇ ਰਹੇ ਨੇ, ਉਹ ਚਲੋ ਉਹ ਕਾਨੂੰਨ ਦਾ ਕੰਮ ਹੁੰਦੇ ਜੇ ਅਸੀਂ ਨਹੀਂ ਕਰਦੇ। ਹੁਣ ਜਿਹੜਾ ਰੋਲਾ ਹੋਇਆ ਸੀ ਉਹਦੇ 'ਚ ਪਰਮਪਾਲ ਜੀ ਨੇ ਆ ਵੇਖੋ ਜੀ ਇਹ ਵੀ ਨਾਲ ਸੀਗੇ, ਉਹ ਸੱਜਾ ਹੀ ਸ਼ਾਮ ਰਾਤ ਦਾ ਟਾਈਮ ਸੀ, ਉਹਨੂੰ ਸੱਦ ਕੇ ਦੱਸਿਆ ਬੁਲਾਇਆ ਤੇ ਉਹਦੇ 'ਚ ਗਿਆ ਸੀ, ਤੇ ਉਹਦੇ 'ਚ ਹੁਣ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਜੀ ਆ ਧਾਰਾ 25, 27, 147, 248, 249, 350, 456, 400, ਇਹਨਾਂ ਤੇ ਕਦੇ 57 ਦਾ ਪਰਚਾ ਨਹੀਂ ਹੋਇਆ। ਇਹ ਪਰਮਪਾਲ ਜੀ ਨੇ ਇਹ ਵੀ ਨਾਲ ਗਿਆ ਸੀ ਤੇ ਉਹਦੇ 'ਚ ਅਸੀਂ ਹੁਣ SP ਸਾਹਿਬ ਨੂੰ ਮਿਲਿਆ, ਪਹਿਲਾਂ ਉੱਥੇ ਮਿਲਿਆ, ਉਹ ਕਹਿੰਦੇ ਵੀ ਬੜੀ ਵਧੀਆ ਗੱਲ ਹੋਈ ਹੈ ਕਿ ਮੌਜੀ ਬੰਦੇ ਦਾ ਕੰਮ ਹੁੰਦਾ। SP ਸਾਹਿਬ ਨੇ ਕਿਹਾ ਵੀ ਇਹ ਪਰਚੇ ਨੂੰ ਤੁਸੀਂ ਭੁੱਲ ਹੀ ਜਾਓ ਵੀ ਮੈਂ ਦੁੱਧ ਦਾ ਪਾਣੀ ਪਾਣੀ ਕਰ ਦਿਆਂਗਾ, ਬਾਕੀ ਵੀ ਉਹ ਕਹਿੰਦੇ ਜੇ ਤੁਸੀਂ ਮੌਜੀ ਬੰਦੇ ਜੇ ਇਹਨਾਂ ਦੋਵਾਂ ਦਾ ਕੋਈ ਡਿਸਪਿਊਟ ਹੈਗਾ ਤੇ ਕੋਈ ਬੰਦੇ ਰਲ ਮਿਲ ਕੇ ਇਹਨਾਂ ਬਹਿ ਕੇ ਜੇ ਇਹਨਾਂ ਦੋਵਾਂ ਨੂੰ ਪਾ ਕੇ ਜੇ ਨਿਬੜ ਜੇ ਤਾਂ ਵਧੀਆ ਗੱਲ ਹੈ, ਕਿਉਂਕਿ ਵੱਡੇ ਵੱਡੇ ਕਤਲਾਂ ਦੇ ਮੁਕੱਦਮੇ ਵੀ ਬਹਿ ਕੇ ਹੱਲ ਹੋ ਜਾਂਦੇ ਨੇ ਤੇ ਬੜੀ ਵਧੀਆ ਸਾਰਪੂਰਨ ਤਰੀਕੇ ਨਾਲ ਗੱਲ ਹੋਈ ਹੈ। ਉਹਨਾਂ ਵਧੀਆ ਆਸ਼ਵਾਸਨ ਦਿੱਤਾ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਪਿੰਡ ਦੇ ਮੌਜੀ ਬੰਦੇ ਜਾਂ ਹੋਰ ਏਰੀਏ ਦੇ ਪਾ ਕੇ ਜੇ ਦਿਲਬਾਗ ਸਿੰਘ ਦਾ ਜਗਦੀਸ਼ ਦਾ ਕੋਈ ਵੀ ਜੇ ਕੋਈ ਹੈਗਾ ਤੇ ਜਿਹਦੀ ਕੋਈ ਗਲਤੀ ਹੁੰਦੀ ਗਲਤੀ ਵੀ ਕੱਢਾਂਗੇ, ਜੇ ਨਾ ਨਿਬੜ ਜੇ ਤਾਂ ਵਧੀਆ ਗੱਲ।